ਨੂੰ ਕੌਣ ਕੇ ਤਾਈ ਦਾ ਹੱਕ ਅਦਾ ਕਰਿਆ। ਇਸਲਾਮਾਬਾਦ ਤੋਂ ਪਹਿਲੇ ਹਰ ਸੜਕ ਨੂੰ ਮੈਦਾਨੇ ਜੰਗ ਬਣਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ। ਅਸਾਂ ਐਲਾਨ ਕੀਤਾ ਵੀ ਅਸੀਂ ਹੱਕਾਂ ਇਸਲਾਮਾਬਾਦ ਜਾਣਾ ਹੈ, ਤੇ ਦੂਏ ਵੀ ਪਿੱਛਾ ਨਾ ਰਹੇ। ਉਹਨਾਂ ਵੀ ਆਖਿਆ ਅਸਾਂ ਵੀ ਅਪੜਨਾ ਹੀ ਅਪੜਨਾ ਹੈ। ਤਾਂ ਤਾਂ ਦਿਨ ਬਜ਼ੁਰਗਾਂ ਦੀ ਸਲਾਹ ਜਵਾਨ ਦੀ ਹਿੰਮਤ ਨਾਲ ਉਹ ਢੇਰ ਤਾਕਤ ਰੱਖਦੀ ਏ। ਤਾਂ ਸ਼ੁਕਰ ਕਰ ਜੇ ਬਜ਼ੁਰਗ ਬੈਠੇ ਆਣ, ਜੇ ਨਸ਼ਬਲ ਦੀ ਹੋਈ ਅੱਗ ਨੂੰ ਹਿਕਮਤ ਨਾਲ ਬੁਝਾ ਲਿਆ। ਯਾ ਬਸ ਸ਼ੁਕਰ ਕਰ ਕੋਈ ਪਰਦੇ ਚ ਹੈ ਜਿਹੜਾ ਤੇਰੇ ਨੇੜੇ ਕੋਈ ਜ਼ੁਲਮ ਨੂੰ ਆਵਣ ਨਹੀਂ ਦਿੰਦਾ। ਅੱਜ ਇਸ ਦੀ ਲੋੜ ਕੁਝ ਦਿਆਂ ਤੂੰ ਸਾਰਾ ਆਲਮ ਇਸਲਾਮ ਮਹਿਸੂਸ ਕਰ ਰਿਹਾ ਹੈ ਜਾਂ ਕੋਈ ਨਾ ਲੋੜ। ਕਿਸੇ ਬੰਦੇ ਆਖਿਆ ਜੀ ਮੈਂ 10 ਲੱਖ ਬੰਦਾ ਲੈ ਕੇ ਇਸਲਾਮਾਬਾਦ ਪਹੁੰਚਾਂਗਾ। ਹੁਣ ਨੇ ਨਜ਼ਰ ਆ ਰਹੇ ਉਹ ਫਲਸਤੀਨ ਚ ਇੱਕ ਵੀ ਸ਼ੀਆ ਨਹੀਂ ਹੈ। ਇਸ ਫਲਸਤੀਨ ਤੇ ਹੋਣ ਵਾਲੇ ਹਮਲਿਆਂ ਨੇ 1400 ਸਾਲ ਤੋਂ ਮਜ਼ਹਬ ਸ਼ੀਆ ਖੈਰੁਲ ਬਰੀਆ ਦੀ ਹਕਾਨੀਅਤ ਔਰ ਹੱਕ ਨੂੰ ਜ਼ਾਹਿਰ ਕਰ ਦਿੱਤਾ। ਉੱਥੇ ਕੋਈ ਵੀ ਸ਼ੀਆ ਨਹੀਂ ਹੈ। ਲੇਕਿਨ ਯਾਦ ਰੱਖਾ ਹੈ, ਮਜ਼ਲੂਮ ਸਮਝ ਕੇ, ਮੁਸਲਮਾਨ ਸਮਝ ਕੇ, ਮੈਂ ਪਾਕਿਸਤਾਨੀ ਸ਼ੀਆ, ਮਗਰ ਹਿਜ਼ਬੁੱਲਾ ਔਰ ਇਰਾਨ ਨੇ ਸਾਡਾ ਸਿਰ ਫਖਰ ਨਾਲ ਬੁਲੰਦ ਕਰ ਦਿੱਤਾ। ਜਿਸ ਅੱਗ ਚ ਕੋਈ ਨਹੀਂ ਪਿਆ ਵੜਦਾ, ਅਲੀ ਵਾਲੇ ਸਦੀਆਂ ਤੋਂ ਉਸ ਦੇ ਨਾਲ ਖਲੋਤੇ ਨੇ। ਇਸ ਮਜਲੇ